ਹਲਕਾ ਫਤਿਹਗੜ੍ਹ ਚੂੜੀਆਂ ਤੋਂ ਅਕਾਲੀ ਦਲ ਦੇ ਉਮੀਦਵਾਰ ਲਖਬੀਰ ਸਿੰਘ ਲੋਧੀ ਨੰਗਲ ਨੇ ਪਿੰਡ ਡਾਲੇ ਚੱਕ ਚੰਦੂ ਮੰਚ ਨਵਾਂ ਪਿੰਡ ਮਿਲਖੀਵਾਲ ਬਾਲੇਵਾਲ ਆਦਿ ਪਿੰਡਾਂ ਦਾ ਕੀਤਾ ਤੂਫਾਨੀ ਦੌਰਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਲਖਬੀਰ ਸਿੰਘ ਲੋਧੀ ਨੰਗਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ RSS ਦਾ ਆਦਮੀ ਹੈ ਅਤੇ ਭਗਵੰਤ ਮਾਨ ਸਿਰੇ ਦਾ ਸ਼ਰਾਬੀ। ਆਮ ਆਦਮੀ ਪਾਰਟੀ ਦਾ ਪੰਜਾਬ ਵਿੱਚ ਕੋਈ ਵੀ ਫਰਕ ਨਹੀਂ ਪਵੇਗਾ। स्ट्रोंगली जी हलका फतेहगढ़ चूड़िया च श्रोमणी अकाली दल के सारिया ही जड़िया नगर ने जिथे असी मीटिंगा कर रहे हैं डेली असी 6-7 मीटिंगा करते हैं और हर पिंड दे विच बहुत भारी उत्साह आ ते बहुत भारी गिनती लोग इकट्ठे होंदे ने जिन्हां विच बीबियां बच्चे बजुर्ग नौजवानों का बहुत वड्डा जोश आ और मैं समझदा हां कि इस जोश का हलारा वेख के ये जो हलका आदे बहुत भारी लीड के नाल श्रोमणी अकाली दल जो जित प्राप्त करेगा और अज असी बालेवाल दे विच बैठे हाँ जिथे बालेवाल की टीम ने बहुत स्ट्रोंगली वर्क किया आ विके होना ने सहकर्म सिंह होना ने और बालेवाल सारे ही टीम जी और जेडे आ साथी खड़े ने जिन्हों वाल वेख के मैं बड़ी मन दे विच खुशी आ रही है। बच्चिया बीबिया भैन साड़िया धियां जिहड़ियां वो भी ठंड च बैठिया ने और कोई शक की गुंजाइश नहीं और मैं इन्हां सारे ही अपने सर्कलां दे जथेदारां दा यूथ दे जथेदारां दा साडा जिला प्रधान ढाडे कोल बैठा आ सारिया ही टीमां आप अपने थां ऐसी टीमां जिहड़ियां वो भी लगियां ने कोई कसर बाकी नज़र नहीं आ रही और बड़े जोश दे नाल ये श्रोमणी अकाली दल की मुहिम चल रही आ। आज जिस तरह का हलारा अज तुम इतने वेख रहे जे इस तरह का ही हलारा आ। इस तो पहला असी नवा पिंड मिलखीवाल जाके आए हैं उस तो पहला असी डाले चक जाके आए हैं उस तो पहले मांझे जाके आए हैं। सो साडा रोज़ ही टारगेट हुंदा आ तकरीबन घट्टो घट्ट 6 पिंड कढ लईए रात नूं असी फतेहगढ़ चूड़ियां की एक वार्ड में वड्डी मीटिंग करते हैं। लुधियाना साहब तुम इस हलके चो 2007 दे विच जित प्राप्त की ते हुण तकोना मुकाबला वा किदां लगदा वा? हुण ते बड़ा सौखा मुकाबला आ। उदों ते मुकाबला जिहड़ा सी तकोना सी और उदों भी साडे मंत्री जी सन उदों भी उहो मंत्री सी हुण भी उहो मंत्री आ ते तुहाडे सामने स्थिति साडी वेखणी डै जे तुसीं जिस तरीके दा तकोना मुकाबला जिहड़ा आ उहदे विच सानू फायदा ही हो रहा कोई नुकसान नहीं हो रहा पर बहुत वड्डा तकोना नीगा ਆਵੇਂ ਨਾ ਮਾਤਰ ਜਿਹਾ ਹੀ ਆ ਪਰ ਕੋਈ ਨਾ ਕੋਈ ਤੇ ਚਲੋ ਇੱਕ ਦੋ ਹੋਰ ਕੈਂਡੀਡੇਟ ਵੀ ਆ ਜਾਂਦੇ ਨੇ ਇਹ ਚੱਲਦਾ ਹੀ ਰਹਿੰਦਾ ਕੰਮ ਕੋਈ ਐਸੀ ਗੱਲ ਨਹੀਂ। ਅਕਾਲੀ ਦਲ ਦੀ ਬਹੁਤ ਵੱਡਾ ਵੋਟ ਬੈਂਕ ਆ ਬੜੀ ਵੱਡੀ ਢੇਰੀ ਆ ਬੈਂਕਾਂ ਦੇ ਵਿੱਚ ਆਪਣਾ ਪਿੰਡਾਂ ਦੇ ਵਿੱਚ ਉਹ ਜਿੰਨੀਆਂ ਬਾਕੀ ਢੇਰੀਆਂ ਵੱਜ ਜਾਣਗੀਆਂ ਉਹਨਾਂ ਅਕਾਲੀ ਦਲ ਨੂੰ ਫਾਇਦਾ। ਜਿਵੇਂ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ CM ਦਾ ਚਿਹਰਾ ਦੇ ਦਿੱਤਾ ਤੇ ਉਹਦੇ ਨਾਲ ਫਰਕ ਪਊ ਕੋਈ? ਕਾਹਦਾ ਫਰਕ ਪੈਣਾ ਜੀ? ਉਹ ਤਾਂ ਰੋਜ਼ ਰਾਤ ਨੂੰ ਸ਼ਰਾਬ ਪੀ ਕੇ ਡਿੱਗਾ ਹੁੰਦਾ ਜੀ ਉਹਦੇ ਨਾਲ ਕਾਹਦਾ ਫਰਕ ਪੈਣਾ ਆ। ਜਿਸ ਤਰ੍ਹਾਂ ਉਹਨੂੰ ਖੜਾ ਕੀਤਾ ਆ ਤੁਹਾਨੂੰ ਪਤਾ ਹੀ ਆ ਕੋਈ ਸਰਕਾਰ ਨਹੀਂ ਬਣਨੀ ਕੋਈ ਗੱਲ ਨਹੀਂ ਬਣਨੀ ਜਦੋਂ ਮੁੱਖ ਮੰਤਰੀ ਬਣਨਾ ਹੀ ਨਹੀਂ ਗਿਆ ਤਾਂ ਫਿਕਰ ਕਾਹਦਾ ਕਰਨਾ ਹੈ ਭਾਵੇਂ ਸ਼ਰਾਬੀ ਬਣਾ ਦੇਣ ਭਾਵੇਂ ਅਮਲੀ ਬਣਾ ਦੇਣ ਉਹਨਾਂ ਦੀ ਮਰਜ਼ੀ। ਮੈਂ ਸਰਦਾਰ ਨਿੰਦਰ ਸਿੰਘ ਡਾਇਰ ਪਿੰਡ ਚੰਦੂਮੰਜ ਤੋਂ ਜੀ। ਸਾਡੇ ਲਖਬੀਰ ਸਿੰਘ ਲੋਧੀ ਨੰਗਲ ਸਾਹਿਬ ਸਾਡੇ ਹਲਕੇ 'ਚ ਆਏ ਆ ਪਿੰਡ ਸਾਡੇ ਚੰਦੂਮੰਜ ਅਸੀਂ ਪੂਰਾ ਵਿਸ਼ਵਾਸ ਦਿਵਾਉਂਦੇ ਹਾਂ ਵੀ ਇਹ ਪਿੰਡ 'ਚੋਂ ਵੀ ਅਤੇ ਹਲਕੇ 'ਚੋਂ ਵੀ ਸਾਡੇ ਕੋਲ ਜਿੱਤ ਪ੍ਰਾਪਤ ਕਰਕੇ ਜਾਣਗੇ ਕਿਉਂਕਿ ਐਸੇ ਲੀਡਰ ਨਿਤਰਕ ਜਿਹੜੇ ਨਾ ਸੱਚੇ ਤੋਂ ਸੁੱਚੇ ਸੋਚ ਚੰਗੀ ਵਾਲੇ ਕਿਤੇ ਵੀ ਨਹੀਂ ਮਿਲਣੇ ਹਨ ਪੂਰੇ ਪੰਜਾਬ 'ਤੇ। ਅਕਾਲੀ ਦਲ ਦੀ ਸਰਕਾਰ ਬਣਾਵਾਂਗੇ ਅਤੇ ਅਸੀਂ ਪੂਰਾ ਵਿਸ਼ਵਾਸ ਦਿਵਾਉਂਦੇ ਇਹ ਪਿੰਡ ਦੇ ਵਿੱਚੋਂ ਵੀ ਸਾਰੀ ਸੰਗਤ ਪਿੰਡ ਦੇ ਨਾਲ ਇਹਨਾਂ ਦੇ ਨਾਲ ਜੀ। ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਰਕਲ ਭਾਗੋਵਾਲ ਦੇ ਪਿੰਡ ਨਵਾਂ ਪਿੰਡ ਮਿਲਖੀਵਾਲ ਸਰਦਾਰ ਲਖਬੀਰ ਸਿੰਘ ਲੋਧੀ ਨੰਗਲ ਹਲਕਾ ਵਿਧਾਇਕ ਫਤਿਹਗੜ੍ਹ ਚੂੜੀਆਂ ਅੱਜ ਇੱਥੇ ਆਏ ਸਨ। ਬਹੁਤ ਸੰਗਤਾਂ ਨੇ ਸਾਥ ਦਿੱਤਾ ਸਾਰਾ ਪਿੰਡ ਇਕੱਤਰ ਹੋ ਕੇ ਸਾਰਿਆਂ ਨੇ ਵਿਸ਼ਵਾਸ ਦਿਵਾਇਆ ਕਿ ਲੋਧੀ ਨੰਗਲ ਸਾਹਿਬ ਨੂੰ ਅਸੀਂ ਬਹੁਤ ਵੱਡੀ ਲੀਡ ਦੇ ਨਾਲ ਜਿਤਾਵਾਂਗੇ ਅਤੇ ਇਹਨਾਂ ਦਾ ਪੂਰਾ ਸਤਿਕਾਰ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਹਲਕਾ ਫਤਿਹਗੜ੍ਹ ਚੂੜੀਆਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰਦਾਰ ਲਖਬੀਰ ਸਿੰਘ ਜੀ ਲੋਧੀ ਨੰਗਲ ਜੋ ਕਿ ਸਰਦਾਰ ਅਜੀਤ ਸਿੰਘ ਜੀ ਸਰਪੰਚ ਨਵਾਂ ਪਿੰਡ ਮਿਲਖੀਵਾਲ ਦੇ ਗ੍ਰਹਿ ਵਿਖੇ ਆਏ ਸਾਰੇ ਪਿੰਡ ਨੂੰ ਤਕਰੀਬਨ ਸਾਰੇ ਹੀ ਬੀਬੀਆਂ ਭੈਣਾਂ ਬਜ਼ੁਰਗਾਂ ਨੇ ਉਹਨਾਂ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਅੱਗੇ ਦੀ ਤਰ੍ਹਾਂ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾਵਾਂਗੇ। ਸਾਨੂੰ ਇਸ ਪਿੰਡ ਦਾ ਪਤਾ ਵਾ ਇਹ ਕਦੀ ਵੀ ਅਜਿੱਤੀਕਰਨ ਪਿੰਡ ਨਹੀਂ ਹਰਿਆ
ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦਾ ਜਦੋਂ ਸਾਂਝਾ ਸੀ ਉਦੋਂ ਵੀ ਜਿੱਤਦਾ ਰਿਹਾ ਤੇ ਹੁਣ ਪਿੱਛੇ ਵੀ ਜਿੱਤਦਾ ਰਿਹਾ। ਇਹ ਪਿੰਡ ਜਿਹੜਾ ਵਾ ਤਕਰੀਬਨ ਸਾਰਾ ਟਰਾਂਸਪੋਰਟ ਮਹਿਕਮੇ ਦੇ ਨਾਲ ਜੁੜਿਆ। ਇੱਥੋਂ ਦੇ ਟਰੱਕ ਯੂਨੀਅਨ ਦੇ ਵਿੱਚ ਬਹੁਤ ਜ਼ਿਆਦਾ ਟਰੱਕ ਨੇ ਅਤੇ ਹਰ ਸਟੇਟ ਦੇ ਵਿੱਚ ਇਹ ਲੋਕ ਜਾਂਦੇ ਨੇ। ਤਕਰੀਬਨ ਜਦੋਂ ਦਾ ਦੰਗੇ ਹੋਏ ਨੇ ਇਸ ਪਿੰਡ ਦਾ ਬਹੁਤ ਵੱਡਾ ਨੁਕਸਾਨ ਹੋਇਆ ਸੀ। ਦੰਗਿਆਂ ਦੇ ਵਿੱਚ ਬਹੁਤ ਲੋਕ ਨੁਕਸਾਨੇ ਗਏ, ਇਹਨਾਂ ਨੂੰ ਭੁੱਖਮਰੀ ਵੀ ਤੱਕ ਪਹੁੰਚੇ। ਇਹਨਾਂ ਨੇ ਉਦੋਂ ਤੋਂ ਪ੍ਰਣ ਕੀਤਾ ਕਿ ਅਸੀਂ ਕਾਂਗਰਸ ਨੂੰ ਵੋਟ ਨਹੀਂ ਪਾਉਣੀ। ਇਹ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦਾ ਸਾਥ ਦਿੰਦੇ ਰਹੇ ਪਹਿਲੋਂ, ਹੁਣ ਇਹ ਬੀਜੇਪੀ ਅਲੱਗ ਹੋਣ ਤੋਂ ਬਾਅਦ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਹਮੇਸ਼ਾ ਵਾਸਤੇ ਜਿਤਾਉਂਦੇ ਨੇ। ਅੱਜ ਵੀ ਇਹਨਾਂ ਪ੍ਰਣ ਕੀਤਾ ਜੋ ਕਿ ਸਾਰੇ ਹੀ ਧਰਮਾਂ ਦੇ ਲੋਕ ਇੱਥੇ ਇਕੱਠੇ ਹੋਏ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਗਰ 'ਚ ਅੱਜ ਪਹਿਲੀ ਵਾਰ ਲੋਧੀ ਨਗਰ ਸਾਹਿਬ ਆਏ ਅਤੇ ਸਾਡੇ ਪਿੰਡ ਨੇ ਬਹੁਤ ਬਹੁਤ ਧੰਨਵਾਦ ਕੀਤਾ ਉਹਨਾਂ ਦਾ। ਅਤੇ ਸਾਡੇ ਪਿੰਡ ਅੱਗੇ ਵੀ ਨਾਲ ਅਕਾਲੀਆਂ ਦੇ ਚੱਲਦੇ ਨੇ, ਹੋਰ ਵੀ ਉਹਨਾਂ ਦੇ ਨਾਲ ਚੱਲਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਪਿੰਡ ਡਾਲੇ ਚੱਕ ਵੱਲੋਂ ਮੁਖਤਾਰ ਸਰਪੰਚ ਸਾਬਕਾ, ਸਾਡੇ ਪਿੰਡ ਢਿੱਲੋਂ ਸਾਹਿਬ ਆਏ ਸਨ। ਪਿੰਡ ਦਾ ਬਹੁਤ ਤਕੜਾ ਇਕੱਠ ਹੋਇਆ ਜਿਹਦੇ ਵਿੱਚ ਲੋਕਾਂ ਨੂੰ ਆਟੇ ਦਾਲ ਸਕੀਮ ਦੇ ਵਿੱਚ ਇਸ ਨਗਰ 'ਚ ਆਟਾ ਦਾਲ ਸਕੀਮ 'ਚ ਨਹੀਂ ਮਿਲਦੇ ਰਹੇ ਆਟਾ ਦਾਲ। ਉਸ ਗੱਲ ਤੋਂ ਤੰਗ ਹੋ ਕੇ ਅੱਜ ਇਹ ਸਾਰਾ ਪਿੰਡ ਜਿਹੜਾ ਇਹ ਪਲਟੀ ਮਾਰ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਆ ਗਿਆ। ਸਰਦਾਰ ਲਖਬੀਰ ਸਿੰਘ ਲੋਧੀ ਨੰਗਲ ਨੂੰ ਜਿਤਾਉਣ ਦਾ ਇੱਥੇ ਅਸਾਂ ਸਾਰਿਆਂ ਵਾਅਦਾ ਕਰ ਲਿਆ। ਮੈਂ ਆਪਣੇ ਵੱਲੋਂ ਅਤੇ ਸਾਰੇ ਨਗਰ ਵੱਲੋਂ ਇਹ ਨਸ਼ਿਆਂ ਦੀ ਗੁਲਾਮੀ ਵਿੱਚ ਵੀ ਜਿਹੜਾ ਕਾਂਗਰਸ ਨੇ ਬਹੁਤਾ ਜੋਸ਼ ਪਾਇਆ ਵਾ, ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨਸ਼ੇ ਦੇ ਵਿੱਚ, ਉਹਦੇ ਤੋਂ ਵੀ ਤੰਗ ਹੋ ਕੇ ਲੋਕ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਜ਼ਿਆਦਾ ਹੰਗਾਰਾ ਪਾ ਰਹੇ ਆ। ਇਸ ਕਰਕੇ ਸਰਕਾਰ ਜਿਹੜੀ ਆ ਆਉਣ ਵਾਲੀ ਆ ਇਹ ਸ਼੍ਰੋਮਣੀ ਅਕਾਲੀ ਦਲ ਦੀ ਆ। ਇਸ ਕਰਕੇ ਮੈਂ ਸਾਰੇ ਸੱਜਣਾਂ ਨੂੰ ਪਿੰਡ ਵਾਲਿਆਂ ਨੂੰ ਵੀ ਬੇਨਤੀ ਕਰਦਾ ਕਿ ਹੁੰਮ ਹੁੰਮਾ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਪਾਓ। ਲਾਮ ਦੇ ਨਗਰਾਂ ਨੂੰ ਵੀ ਕਰਨਾ ਕਿ ਨਸ਼ਿਆਂ ਤੋਂ ਆਪਣੇ ਬੱਚੇ ਬਚਾਉਣੇ ਜੇ, ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਪਾਓ ਅਤੇ ਸ਼੍ਰੋਮਣੀ ਅਕਾਲ ਨੂੰ ਜਿਤਾਓ ਅਤੇ ਆ ਤੁਹਾਡੇ ਬੱਚੇ ਜਿਹੜੇ ਖੁਸ਼ਹਾਲੀ ਵਿੱਚ ਆ ਜਾਣਗੇ ਸਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਆਪਣੇ ਪੂਰਾ ਨਗਰ ਜਿਹੜਾ ਉਹ ਨਾਲ ਇਹਨਾਂ ਦੇ ਅਤੇ ਵਿਸ਼ਵਾਸ ਦਿਵਾਉਂਦੇ ਹਾਂ ਪਾਰਟੀ ਨੂੰ ਵੀ ਪਿੰਡ ਨੂੰ ਵੀ, ਅਤੇ ਆਉਣ ਵਾਲਾ ਸਮਾਂ ਜਿਹੜਾ ਉਹ ਠੀਕ ਆਏਗਾ, ਮਾਲਕ ਕਿਰਪਾ ਕਰੇਗਾ। ਲੋਧੀ ਨਗਰ ਸਾਹਿਬ ਚੰਗੀ ਆਲੀਸ਼ਾਨ ਜਿੱਤਣਾ ਜਿਹੜੇ ਤੋਂ ਜਾਣਗੇ। ਇੱਥੇ ਕਾਂਗਰਸ ਕਹਿ ਰਹੀ ਆਪਾਂ ਵਿਕਾਸ ਬੜੇ ਕੀਤੇ, ਤੁਹਾਨੂੰ ਲੱਗਦਾ ਨਹੀਂ ਤੁਹਾਡੇ ਪਿੰਡ ਵਿਕਾਸ ਹੋਏ ਆ? ਜ਼ਰੂਰ ਹੋਏ ਆ। ਮੇਰੇ ਪਿੰਡ ਪਹਿਲਾਂ ਇੱਕ ਛੱਪੜ ਸੀ, ਹੁਣ ਛੇ ਛੱਪੜ ਨੇ ਜੀ। ਇੱਕ ਦਿਓ ਪਾਣੀ ਵਾਲੀ ਟੈਂਕੀ ਜਿਹੜੀ ਆ 35-36 ਲੱਖ ਰੁਪਈਆ ਲਾ ਕੇ ਅਕਾਲੀ ਦਲ ਦੇ ਸਮੇਂ 'ਚ ਬਣੀ ਸੀ, 35-36 ਲੱਖ ਰੁਪਈਆ ਲਾ ਕੇ ਅਕਾਲੀ ਦਲ ਦੇ ਸਮੇਂ ਦੇ ਟਾਈਮ 'ਚ ਬਣੀ ਸੀ। ਹੁਣ ਤੁਸੀਂ ਜਾ ਕੇ ਦੇਖੋ ਵੀ ਮੇਰੇ ਖਿਆਲ 'ਚ ਸ਼ਾਇਦ ਜਿੱਦਣ ਡਿੱਗੀ ਉਦੋਂ ਜ਼ਰੂਰ ਤੁਸੀਂ ਚੈਨਲ ਵਾਲੇ ਆ ਕੇ ਖਬਰ ਲਾਉਣੀ ਆ ਵੀ ਕੋਈ ਨਾ ਕੋਈ ਜੀਵ ਵੀ ਥੱਲੇ ਆਏਗਾ, ਅਤੇ ਜਾ ਕੇ ਵੇਖ ਲਓ ਉੱਥੇ ਪਾਣੀ ਕਿੱਦਾਂ ਜੀ। ਤੁਸੀਂ ਆਪਣੇ ਚੈਨਲ ਨਾਲ ਜਾ ਕੇ ਅਤੇ ਉਹ ਪਰਲੇ ਬੰਨੇ ਪਿੰਡ ਦੇ ਚਲ ਜਾਓ, ਉੱਧਰ ਵੀ ਵਾਰ ਵਾਰ ਜਿਹੜਾ ਉਹ ਕਿਸੇ ਦੀ ਫਸਲ ਜਿਹੜੀ ਆ ਨਹੀਂ ਹੋ ਰਹੀ, ਕਿਉਂਕਿ ਖਾਸ ਹੋਇਆ ਮੂੰਹ ਬੋਲਦਾ ਵਿਕਾਸ ਜੀ। ਫਤਿਹਗੜ੍ਹ ਚੂੜੀਆਂ ਤੋਂ ਮਾਝਾ ਲਾਈਵ ਟੀਵੀ ਲਈ ਦਵਿੰਦਰ ਖਾਲਸਾ ਦੇ ਨਾਲ ਮਨਪ੍ਰੀਤ ਸਿੰਘ ਮੰਨ ਦੀ ਰਿਪੋਰਟ।